ਹੁਣ ਆਪਾਂ ਵਿਜ਼ਿਟ ਕਰਾਂਗੇ ਜਾਮਾ ਮਸਜਿਦ ਨੂੰ, ਜੋ ਕਿ ਅਹਿਮਦ ਸ਼ਾਹ ਪਹਿਲੇ ਦੇ ਰਾਜ ਵਿੱਚ ਬਣਾਈ ਗਈ ਸੀ ਅਤੇ ਇਹ ਮਸਜਿਦ 600 ਸਾਲ ਪੁਰਾਣੀ ਹੈ। ਆਪਾਂ ਨੇ ਨਾ ਪਿਛਲੀ ਵੀਡੀਓਜ਼ ਦੇ ਵਿੱਚ ਸਾਬਰਮਤੀ ਆਸ਼ਰਮ ਨੂੰ, ਰਿਵਰ ਫਰੰਟ, ਮਾਤਾ ਲਕਸ਼ਮੀ ਜੀ ਦਾ ਟੈਂਪਲ ਅਤੇ ਹੋਰ ਵੀ ਬਹੁਤ ਚੀਜ਼ਾਂ ਨੂੰ ਵਿਜ਼ਿਟ ਕੀਤਾ ਸੀ। ਆਪਾਂ ਹੁਣ ਇਸ ਜਾਮੀ ਮਸਜਿਦ ਨੂੰ ਵਿਜ਼ਿਟ ਕਰਦੇ ਹਾਂ, ਇਹਦੇ ਬਾਰੇ ਜਾਣਦੇ ਹਾਂ ਜੀ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਤਾਂ ਜੋ ਵੀ ਅਸੀਂ ਵੀਡੀਓ ਪਾਈਏ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਪਹਿਲਾਂ ਮਿਲ ਸਕੇ ਜੀ। ਉਹਦੇ ਨਾ ਬੂਟ ਉਤਾਰ ਕੇ ਆਪਣੇ ਹੱਥ 'ਚ ਲੈਣੇ ਪੈਂਦੇ ਨੇ ਤਾਂ ਜੋ ਆਪਾਂ ਦੂਸਰੇ ਗੇੜ ਰਾਹੀਂ ਬਾਹਰ ਨਿਕਲ ਸਕੀਏ ਜੀ। ਇਸ ਲਈ ਆਪਾਂ ਬੂਟ ਫੜ ਲੈਣੇ ਆਪਣੇ। ਤੁਸੀਂ ਦੇਖ ਸਕਦੇ ਹੋ ਮਸਜਿਦ ਦੇ ਵਿੱਚ ਕਿੱਡਾ ਵੱਡਾ ਗਲਿਆਰਾ ਬਣਿਆ ਹੋਇਆ ਹੈ। ਜਿਹੜੀ ਗਲਿਆਰਾ ਦੇਖ ਕੇ ਲੱਗਦਾ ਵੀ ਕਈ ਲੱਖ ਬੰਦਾ ਇਕੱਠਾ ਇਸ ਜਗ੍ਹਾ ਦੇ ਉੱਤੇ ਨਮਾਜ਼ ਪੜ੍ਹ ਸਕਦਾ ਜੀ। ਬਹੁਤ ਵੱਡੀ ਮਸਜਿਦ ਆ ਜੀ, ਅਤੇ ਇਹ ਨੇ ਹੱਥ ਧੋਣ ਵਾਸਤੇ, ਹੱਥ ਪੈਰ ਧੋਣ ਨੂੰ ਵਜ਼ੂ ਕਰਨਾ ਕਹਿੰਦੇ ਨੇ, ਉਰੇ ਵਜ਼ੂ ਕਰਕੇ ਫਿਰ ਨਮਾਜ਼ ਪੜ੍ਹੀ ਜਾਂਦੀ ਆ ਜੀ। ਇਹ ਸਾਡੇ ਮੁਸਲਿਮ ਵੀਰ ਬੈਠੇ ਨੇ ਜੀ। ਇਹ ਬੂਟ ਨਾ ਇਸ ਤਰ੍ਹਾਂ ਜੋੜ ਕੇ ਕਾਹਤੇ ਰੱਖੇ ਗਏ ਨੇ, ਇਹ ਇਸ ਲਈ ਜੋੜ ਕੇ ਰੱਖੇ ਗਏ ਨੇ ਵੀ ਜਿਹੜਾ ਥਲੜਾ ਪਾਸਾ ਹੁੰਦਾ ਨਾ ਬੂਟਾਂ ਦਾ ਉਹ ਗੰਦਾ ਹੁੰਦਾ ਆ, ਵੀ ਜਿਹੜਾ ਗੰਦਾ ਆ ਗੰਦਾ ਬੂਟਾਂ ਦਾ ਉਹ ਥੱਲੇ ਲੱਗ ਨਾ ਸਕੇ, ਇਸ ਲਈ ਬੂਟ ਇਸ ਜਗ੍ਹਾ ਜੋੜ ਕੇ ਟੇਢੇ ਰੱਖੇ ਗਏ ਨੇ ਜੀ। ਇਹ ਵੀਰ ਵਜ਼ੂ ਕਰ ਰਹੇ ਨੇ, ਹੱਥ ਪਰ ਧੋ ਰਹੇ ਨੇ ਜੀ। ਇਹ ਸਾਡੇ ਬੱਸ ਵਾਲੇ ਮੁਸਾਫਰ ਥੋੜੇ ਥੱਕ ਗਏ ਨੇ ਤੇ ਬੈਠ ਗਏ ਨੇ ਜੀ। ਇਹਨਾਂ ਦੇ ਚਿਹਰਿਆਂ ਤੋਂ ਦੇਖੋ ਥੱਕੇ ਹੋਏ ਨਹੀਂ ਲੱਗਦੇ ਤੁਹਾਨੂੰ ਇਹ, ਪਰ ਝੰਡੇ ਵਾਲਾ ਬਾਊ ਸਾਡਾ ਕਾਇਮ ਆ, ਇਹਨੇ ਝੰਡਾ ਡਾਊਨ ਨਹੀਂ ਹੋਣ ਦਿੱਤਾ। Hello everybody, yeah. It's a Jama Mosque, is a active mosque still today. 5 times in a day the people comes here, more than 200 to 300 people they came here, but on Friday more than 2000, but on two special day in a year, it's called Eid ul Adha, Eid ul Fitra. This 2 days more than 5000 people comes here, even they go on the top of the terrace, they pray over there. Is a 600 years old mosque, so it's designed like that. If the royal family women can want to pray a namaz with the royal family men, so the ladies go in that corner. Can you see the yellow door in the corner on the right side? Yes. There is a door for a ladies people, ladies special for ladies. The women go on the corner because the population of women is very small. Now the population is maybe after some time. So the ladies go at the back and the men go ahead. Exit at the back side of you, it's look like a small swimming pool, but it's a hose waju. If you want to purify yourself, if you want to pray a namaz with them, you have to purify yourself over here. If the ladies want to, the ladies go on that tap. Can you see over there? There is a big group of tap. One man was sitting there. He's doing that. So the ladies go on that side. The man comes here. 7,866 carpet area. ਬਹੁਤ ਵੱਡੀ ਇਹ ਮਸਜਿਦ ਬਣੀ ਹੋਈ ਆ, ਤੁਸੀਂ ਦੇਖ ਸਕਦੇ ਹੋ। ਬੀਬੀਆਂ ਦੇ ਵਜ਼ੂ ਕਰਨ ਵਾਸਤੇ ਇੱਕ ਸਾਈਡ 'ਤੇ ਟੂਟੀਆਂ ਲੱਗੀਆਂ ਹੋਈਆਂ ਨੇ, ਉਹ ਉਸ ਸਾਈਡ ਵਜ਼ੂ ਕਰਦੀਆਂ ਨੇ, ਹੱਥ ਪੈਰ ਧੋਂਦੀਆਂ ਨੇ, ਅਤੇ ਜਿਹੜਾ ਯੈਲੋ ਗੇਟ ਦੇਖਿਆ ਤੁਸੀਂ ਉਸ ਸਾਈਡ ਤੋਂ ਬੀਬੀਆਂ ਆਉਂਦੀਆਂ ਨੇ ਇੱਕ ਪਾਸੇ ਤੋਂ ਜੀ, ਅਤੇ ਸਾਈਡ ਦੇ ਉੱਤੇ ਨਮਾਜ਼ ਪੜ੍ਹਦੀਆਂ ਨੇ ਜੀ। ਇਹ ਮਸਜਿਦ ਦੇ ਸੈਂਟਰ ਦੇ ਵਿੱਚ ਆ ਜੀ ਵਜ਼ੂ ਕਰਨ ਵਾਸਤੇ ਪਾਣੀ, ਜਿਸ ਜਗ੍ਹਾ 'ਤੇ ਜੈਂਟਸ ਬੰਦੇ ਵਜ਼ੂ ਕਰ ਸਕਦੇ ਨੇ ਜੀ। We'll go inside the mosque, please. Walk on this street. It's very hot, so they put a special for you. ਇਹ ਸਾਡੇ ਬੱਸ ਵਾਲੇ ਜਿਹੜੇ ਮੁਸਾਫਰ ਨੇ ਸਾਡੇ ਨਾਲ ਨੇ ਜੀ, ਇਹ ਸਾਰੇ ਆ ਰਹੇ ਨੇ ਇੱਕ ਲਾਈਨ ਦੇ ਵਿੱਚ ਜੀ। ਹੁਣ ਆਪਾਂ ਨਾ ਮਸਜਿਦ ਨੂੰ ਅੰਦਰ ਤੋਂ ਵਿਜ਼ਿਟ ਕਰਾਂਗੇ, ਅੰਦਰ ਤੋਂ ਦੇਖਾਂਗੇ ਜੀ। ਇਹ ਆ ਰਹੇ ਨੇ ਸਾਰੇ ਜੀ, ਤੁਸੀਂ ਦੇਖ ਸਕਦੇ ਹੋ ਇੱਕ ਲਾਈਨ ਦੇ ਵਿੱਚ ਨੂੰ ਜੀ।
ਅਪਰ ਲਾਈਨ ਤੋੜ ਲਈ ਇਹਨਾਂ ਨੇ ਆ ਰਹੇ ਨੇ ਜੀ ਤੇ ਮਸਜਿਦ ਨੂੰ ਆਪਾਂ ਅੰਦਰ ਤੋਂ ਵਿਜ਼ਿਟ ਕਰਦੇ ਹਾਂ ਘੁੰਮਦੇ ਹਾਂ ਜੀ ਤੁਸੀਂ ਦੇਖੋ ਵੀ ਕਿੰਨਾ ਵਧੀਆ ਆਰਕੀਟੈਕਟ ਇਹਦਾ ਕੰਮ ਹੋਇਆ ਹੋਇਆ ਆ ਕਿੰਨੀ ਸੋਹਣੀ ਬਣੀ ਹੋਈ ਆ ਇੱਕ ਦੇਖੋ ਇਹਦੇ ਵਿੱਚ ਕਿੰਨਾ ਪਿੱਲਰ ਆ ਜੀ ਪਿੱਲਰੀ ਪਿੱਲਰ ਨੇ ਪਿੱਲਰੀ ਪਿੱਲਰ ਥੰਮਲੀ ਥੰਮਲੇ ਬਹੁਤ ਸੋਹਣਾ ਬਣੀ ਹੋਈ ਆ ਜੀ ਇਹ ਓਕੇ ਓਵਰ ਹੇਅਰ ਦੈਟ ਇਜ਼ ਨੋਟਿਸ ਬੋਰਡ ਲੇਡੀਜ਼ ਆਰ ਨੋਟ ਅਲਾਊਡ ਬਾਤ ਆ ਬੋਰਡ ਲਿਖਿਆ ਹੋਇਆ ਵੀ ਉਰੇ ਨਾ ਲੇਡੀਜ਼ ਅਲਾਊਡ ਨਹੀਂ ਹੈਗੀਆਂ ਦੇ ਅੰਦਰ ਜੀ ਤੇ ਤੁਸੀਂ ਪੜ ਸਕਦੇ ਹੋ ਤੁਸੀਂ ਇੱਕ ਗੱਲ ਹੋਰ ਦੇਖੋ ਇਹ ਥੰਮਲਿਆਂ ਦੇ ਉੱਤੇ ਵੀ ਕਿੰਨੀ ਮੀਨਾਕਾਰੀ ਜੀ ਹੋਈ ਹੋਈ ਆ ਦੇਖ ਸਕਦੇ ਹੋ ਤੁਸੀਂ ਇੱਕ ਗੱਲ ਤੁਸੀਂ ਉਰੇ ਹੋਰ ਦੇਖੋ ਇਹ ਮਸਜਿਦ ਆ ਜਿਹੜੀ ਇਹ ਤਕਰੀਬਨ 600 ਸਾਲ ਪੁਰਾਣੀ ਮਸਜਿਦ ਆ ਇਸ ਮਸਜਿਦ ਕਮੇਟੀ ਨੇ ਬਿਲਕੁਲ ਵੀ ਇਸ ਮਸਜਿਦ ਦੀ ਕੋਈ ਤੋੜ ਫੋੜ ਨਹੀਂ ਕੀਤੀ ਕੋਈ ਇਸ ਨਾਲ ਛੇੜਛਾੜ ਨਹੀਂ ਕੀਤੀ ਉਸੇ ਤਰ੍ਹਾਂ ਜਿਸ ਤਰ੍ਹਾਂ ਪੁਰਾਣੀ ਸੀ ਉਸੇ ਤਰ੍ਹਾਂ ਇਸ ਨੂੰ ਮੇਨਟੇਨ ਕਰਕੇ ਰੱਖਿਆ ਹੋਇਆ ਜੀ ਤੁਹਾਡੀ ਤਰ੍ਹਾਂ ਅਸੀਂ ਵੀ ਸੋਚ ਰਹੇ ਸੀ ਕਿ ਇਸ ਮਸਜਿਦ ਦੇ ਵਿੱਚ ਇੰਨੇ ਜ਼ਿਆਦਾ ਪਿੱਲਰ ਕਿਉਂ ਨੇ ਤਾਂ ਮੌਲਾਨਾ ਜੀ ਨਾਲ ਗੱਲ ਕਰਨ 'ਤੇ ਸਾਨੂੰ ਪਤਾ ਲੱਗਿਆ ਕਿ ਇਸ ਮਸਜਿਦ ਦੇ ਉੱਪਰ ਇੱਕ ਹੋਰ ਫਲੋਰ ਬਣਿਆ ਹੋਇਆ ਹੈ ਉਸ ਸਾਈਡ ਤੁਸੀਂ ਦੇਖ ਸਕਦੇ ਹੋ ਇੱਕ ਦੂਸਰਾ ਫਲੋਰ ਹੈ ਜਿਸ ਕਰਕੇ ਇਸ ਮਸਜਿਦ ਦੇ ਪਿੱਲਰਸ ਦੇ ਉੱਪਰ ਬਹੁਤ ਜ਼ਿਆਦਾ ਵੇਟ ਹੈ ਜਿਸ ਕਰਕੇ ਹੀ ਇੰਨੇ ਪਿੱਲਰਸ ਦਾ ਨਿਰਮਾਣ ਕੀਤਾ ਗਿਆ ਜੀ ਉਸ ਸਾਈਡ ਇੱਕ ਹੋਰ ਫਲੋਰ ਹੈ ਮਸਜਿਦ ਨੂੰ ਆਪਾਂ ਵਿਜ਼ਿਟ ਕਰ ਲਿਆ ਜੀ ਆਪਾਂ ਨਾ ਹੁਣ ਅਹਿਮਦ ਸ਼ਾਹ ਦੀ ਮਜ਼ਾਰ ਬਣੀ ਹੋਈ ਆ ਜੀ ਆਪਾਂ ਉਹਨਾਂ ਦੀ ਮਜ਼ਾਰ ਦੇਖਦੇ ਹਾਂ ਚੱਲ ਕੇ ਉਹਨਾਂ ਦੀ ਧਰਮ ਪਤਨੀ ਦਾ ਮਜ਼ਾਰ ਵੀ ਬਣਿਆ ਹੋਇਆ ਜੀ ਇਸ ਜਗ੍ਹਾ ਦੇ ਉੱਤੇ ਆਪਾਂ ਦੋਨੇ ਦੇਖਦੇ ਹਾਂ ਜੀ ਆ ਜਾਓ ਸਾਡੇ ਨਾਲ ਜੀ ਖੜੇ ਪਹਿਲੇ ਪੈ ਜਾਮਾ ਮਸਜਿਦ ਹਮਾਰਾ ਪਹਿਲਾ ਹਮ ਦੂਸਰੇ ਮੈਂ ਜਾ ਰਹੇ ਬਾਜੂ ਮੈਂ ਹੈ ਉਹ ਤੀਸਰਾ ਉਧਰ ਸਾਹਮਣੇ ਹੈ ਚੌਥਾ ਹਮਾਰਾ ਬਸ ਸੇ ਚਲੇਗਾ ਔਰ ਪਾਂਚਵਾਂ ਇਹ ਜੋ ਸਟੇਟ ਬੈਂਕ ਦਾ ਲੋਗੋ ਹੈ ਕੰਕਰੀਆ ਲੇਕ ਵੀਡੀਓ ਵਧੀਆ ਲੱਗ ਰਹੀ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਵੀ ਜ਼ਰੂਰ ਕਰਿਓ MSA first, and on the right side MSA second, and on the left side MSA third. The three generation bought it over here. ਇਹ ਤਾਂ ਜੀ ਜਿਵੇਂ ਆਪਣੇ ਮੁਸਲਮਾਨ ਧਰਮ ਦੇ ਵਿੱਚ ਇਹ ਦੀਵੇ ਲਾਉਣ ਦੀ ਰੀਤ ਹੀ ਹੈ ਨਹੀਂ ਓਕੇ ਇਸ ਜਗ੍ਹਾ ਦੀਵੇ ਕਾਹਤੇ ਲਾਏ ਜਾਂਦੇ ਨੇ ਜੀ ਓਕੇ ਇਹ ਇੱਕ ਸੁਲਤਾਨ ਅਹਿਮਦ ਸ਼ਾਹ ਕਾ ਕਬਰ ਹੈ ਯਹਾਂ ਸਾਰੇ ਸਮੁਦਾਇ ਕੇ ਲੋਕ ਆਤੇ ਹੈ ਹਿੰਦੂ ਮੁਸਲਿਮ ਜੈਨ ਸਭੀ ਸਮੁਦਾਇ ਕੇ ਲੋਕ ਜੋ ਜੋ ਲੋਕ ਅਹਿਮਦਾਬਾਦ ਮੈਂ ਰਹਿਤੇ ਜਿਨ ਲੋਕੋ ਕੀ ਯਹਾਂ ਪੀਛੇ ਦੁਕਾਨ ਹੈ ਵੋ ਲੋਕ ਯਹਾਂ ਆਤੇ ਹੈ ਔਰ ਰੋਜ਼ ਸੁਬਹ ਮੈਂ ਯਹਾਂ ਮੱਥਾ ਟੇਕ ਕੇ ਯੇ ਲਾਈਟ ਜਲਾ ਕੇ ਜਾਤੇ ਹੈ ਯਾ ਸ਼ਾਮ ਮੈਂ ਯਹਾਂ ਸੇ ਅਗਰ ਵਾਪਸ ਜਾਤਾ ਹੈ ਤੋ ਵੋ ਮੱਥਾ ਟੇਕਤਾ ਹੈ ਇਸ ਲਈ ਯੇ ਲਾਈਟ ਯਹਾਂ ਜਲੀ ਹੈ ਵੈਸੇ ਲਾਈਟ ਯਹਾਂ ਹੋ ਨਹੀਂ ਸਕਤੀ ਮਗਰ ਯਹਾਂ ਜਲੀ ਹੈ ਠੀਕ ਹੈ ਓਕੇ ਇਸ ਜਗ੍ਹਾ ਨਾ ਤਿੰਨ ਮਜ਼ਾਰ ਬਣੀਆਂ ਹੋਈਆਂ ਨੇ ਤੇ ਸਿਰਫ ਜੈਂਟਸ ਬੰਦੇ ਹੀ ਅੰਦਰ ਜਾ ਸਕਦੇ ਨੇ ਜੀ ਇਹ ਭਾਈ ਸਾਹਿਬ ਜੀ ਉਰੇ ਡਿਊਟੀ ਨਿਭਾਉਂਦੇ ਨੇ ਜੀ ਅਤੇ ਸਾਰਾ ਰੱਖ ਰਖਾਵ ਇਹੀ ਕਰਦੇ ਨੇ ਕਰੋਨਾ ਦੇ ਟਾਈਮ ਵੀ ਇਹਨਾਂ ਨੇ ਬਹੁਤ ਜ਼ਿਆਦਾ ਜਿਹੜੇ ਲੋਕ ਸੀਗੇ ਉਹਨਾਂ ਦੀ ਮਦਦ ਕੀਤੀ ਸੀਗੀ ਜੀ ਇਹਨਾਂ ਨੇ 786 ਫਿਰ 1111 ਜਾਣੀ ਬਹੁਤ ਨੇਕ ਬੰਦੇ ਨੇ ਜੀ ਇਹ ਸਾਡੀ ਮਾਤਾ ਕਵਰੇ ਬਾਹਰ ਨਾ ਮਸਜਿਦ ਦੇ ਚੁੱਲ੍ਹੇ 'ਤੇ ਰੋਟੀਆਂ ਬਣਾਉਂਦੀ ਆ ਇਹ ਸਾਡਾ ਪੰਜਾਬ ਦਾ ਕਲਚਰ ਹੁੰਦਾ ਸੀ ਪਹਿਲਾਂ ਹੁਣ ਤਾਂ ਗੈਸਾਂ ਨੇ ਜਿਹੜੇ ਗੈਸ ਸਿਲੰਡਰ ਨੇ ਆਪਣੇ ਉਹਨਾਂ ਨੇ ਜਗ੍ਹਾ ਲੈ ਲਈ ਪਰ ਇਹ ਸਾਰਿਆਂ ਨਾਲ ਵਧੀਆ ਰੋਟੀ ਹੁੰਦੀ ਹੈ ਜਿਹੜੀ ਆਪਾਂ ਚੁੱਲ੍ਹੇ ਦੀ ਬਣਾ ਕੇ ਖਾਂਦੇ ਹਾਂ ਅਤੇ ਇਹ ਸਾਡੀ ਮਾਤਾ ਬਣਾ ਰਹੀ ਆ ਚੁੱਲ੍ਹੇ 'ਤੇ ਰੋਟੀਆਂ ਜੀ ਠੀਕ ਹੈ ਅਸੀਂ ਚੁੱਲ੍ਹੇ ਦੀ ਰੋਟੀ ਖਾਂਦੇ ਸਾਰਿਆਂ ਨਾਲ ਵਧੀਆ ਰੋਟੀ ਹੁੰਦੀ ਉਹ ਚੁੱਲ੍ਹੇ ਦੀ ਆ ਜੀ ਅਹਿਮਦ ਸ਼ਾਹ ਦੀ ਮਜ਼ਾਰ ਨੂੰ ਆਪਾਂ ਵਿਜ਼ਿਟ ਕਰ ਲਿਆ ਜੀ ਚੱਲਦੇ ਹਾਂ ਆਪਾਂ ਅੱਗੇ ਨੂੰ ਜੀ
ਇਹ ਦੇਖੋ ਪੁਰਾਣਾ ਗੇਟ ਆ ਗਿਆ ਕੋਈ ਦਰਵਾਜ਼ਾ ਉਸੇ ਤਰ੍ਹਾਂ ਸਾਂਭ ਕੇ ਰੱਖੇ ਹੋਏ ਨੇ ਇਹਦੇ ਵਿੱਚ ਮਾਰਕੀਟ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਇਹ ਸਾਡਾ ਮੁਸਲਮਾਨ ਭਾਈਚਾਰਾ ਉਰੇ ਦੁਕਾਨਾਂ ਕਰਦੇ ਨੇ ਜੀ ਕੀ ਹਾਲ ਆ ਜੀ ਕਿਉਂ ਸਾਡੇ ਭਾਈ ਸਾਹਿਬ ਦਾ ਝੰਡਾ ਫਿਰ ਉੱਤੇ ਜਾ ਉੱਤੇ ਜੀ ਤੇ ਚੱਲ ਰਹੇ ਨੇ ਅੱਗੇ ਅੱਗੇ ਅਸੀਂ ਇਹਨਾਂ ਦੇ ਪਿੱਛੇ ਪਿੱਛੇ ਜੀ ਇਹ ਨਾ ਆਪਾਂ ਪੂਰਾ ਰਾਊਂਡ ਕੱਢ ਕੇ ਮਸਜਿਦ ਦਾ ਆਪਾਂ ਉਰੋਂ ਐਂਟਰੀ ਕੀਤੀ ਸੀ ਐਂਟਰੀ ਕਰਕੇ ਤੇ ਬੈਕ ਸਾਈਡ ਦੀ ਘੁੰਮ ਕੇ ਆਪਾਂ ਫਿਰ ਉਸੇ ਪੁਆਇੰਟ ਦੇ ਉੱਤੇ ਪਹੁੰਚ ਚੁੱਕੇ ਹਾਂ ਜੀ ਇਹ ਸਾਡੇ ਗਾਈਡ ਸਾਹਿਬ ਨੇ ਝੰਡਾ ਚੱਕਿਆ ਹੋਇਆ ਜੀ ਇਹ ਤੁਰ ਪਏ ਹੁਣ ਅੱਗੇ ਨੂੰ ਜੀ ਆਹ ਸਾਡੇ ਮੁਸਾਫਰ ਸਾਡੇ ਸਾਥੀ ਇਹ ਵੀ ਸਾਡੇ ਨਾਲ ਨੇ ਜੀ ਆਓ ਚੱਲਦੇ ਹਾਂ ਆਪਾਂ ਅੱਗੇ ਨੂੰ ਜੀ Thank you.